ਆਹ ਦੇਖ ਲਓ ਮੌਤ ਕਦੇ ਇੰਜ ਵੀ ਆ ਜਾਂਦੀ ਹੈ। ਚੌੜ ਸਾਹਿਬ ਦੀ ਸੇਵਾ ਕਰ ਰਹੇ ਗ੍ਰੰਥੀ ਸਿੰਘ ਦੀ ਗੁਰੂ ਘਰ 'ਚ ਹੋਈ ਮੌਤ। ਕਹਿੰਦੇ ਨੇ ਮੌਤ ਦਾ ਸਮਾਂ ਅਤੇ ਸਥਾਨ ਨਿਸ਼ਚਿਤ ਨਹੀਂ ਹੁੰਦਾ, ਇਹ ਅਟਲ ਸੱਚਾਈ ਹੈ, ਜਿਸ ਦੀ ਮਿਸਾਲ ਬਾਲਾਚੌਰ ਦੇ ਗੁਰਦੁਆਰਾ ਸਾਹਿਬ 'ਚ ਦੇਖਣ ਨੂੰ ਮਿਲੀ। ਬਾਲਾਚੌਰ ਜਿੱਥੇ ਕਿ ਇੱਕ ਗ੍ਰੰਥੀ ਸਿੰਘ ਜੋ ਗੁਰੂ ਘਰ ਦੇ ਵਿੱਚ ਚੌੜ ਸਾਹਿਬ ਦੀ ਸੇਵਾ ਕਰ ਰਿਹਾ ਸੀ, ਤਾਂ ਸੇਵਾ ਕਰਦਿਆਂ ਉਸ ਦੇ ਪ੍ਰਾਣ ਨਿਕਲ ਗਏ ਅਤੇ ਸਾਹ ਰੁਕ ਜਾਂਦੇ ਨੇ, ਜਿਸ ਦੀਆਂ CCTV ਤਸਵੀਰਾਂ ਸਾਹਮਣੇ ਆਈਆਂ ਨੇ। ਦੇਖ ਸਕਦੇ ਹੋ ਕਿ ਗ੍ਰੰਥੀ ਸਿੰਘ ਜੋ ਕਿ ਚੌੜ ਸਾਹਿਬ ਦੀ ਸੇਵਾ ਕਰ ਰਿਹਾ ਸੀ, ਤਾਂ ਸੇਵਾ ਕਰਦਿਆਂ ਅਚਾਨਕ ਉਸ ਦੇ ਜਾਨ ਨਿਕਲ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਗ੍ਰੰਥੀ ਸਿੰਘ ਜੋ ਪਿਛਲੇ 2 ਸਾਲ ਤੋਂ ਬਾਲਾਚੌਰ ਦੇ ਗੁਰੂ ਘਰ ਦੇ ਵਿੱਚ ਸੇਵਾ ਕਰ ਰਿਹਾ ਸੀ, ਤਾਂ ਅੱਜ ਸਵੇਰੇ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਆਇਆ ਤਾਂ ਚੌੜ ਸਾਹਿਬ ਦੀ ਸੇਵਾ ਕਰਦਿਆਂ ਪਹਿਲਾਂ ਤਾਂ ਉਸਨੂੰ ਹਾਰਟ ਅਟੈਕ ਆਉਂਦਾ ਹੈ ਅਤੇ ਉਹ ਥੱਲੇ ਡਿੱਗ ਜਾਂਦਾ ਹੈ। ਲੇਕਿਨ 2 ਮਿੰਟ ਬਾਅਦ ਫਿਰ ਜਦ ਉਹ ਖੜ੍ਹਾ ਹੋ ਗਿਆ ਅਤੇ ਮੁੜ ਪਾਲਕੀ ਸਾਹਿਬ ਦੇ ਪਿੱਛੇ ਹੱਥ ਜੋੜ ਗੋਡਿਆਂ ਭਾਰ ਬੈਠ ਜਾਂਦਾ ਹੈ, ਅਤੇ ਜਦੋਂ ਉਹ ਬੈਠਦਾ ਹੈ ਤਾਂ ਉਸਦੇ ਸਾਹ ਰੁਕ ਜਾਂਦੇ ਨੇ। ਤੁਹਾਨੂੰ ਦੱਸ ਦਈਏ ਕਿ ਗ੍ਰੰਥੀ ਸਿੰਘ ਜੋ ਚੌੜ ਸਾਹਿਬ ਦੀ ਸੇਵਾ ਕਰ ਰਿਹਾ ਸੀ ਤਾਂ ਉਹਨੂੰ ਹਾਰਟ ਅਟੈਕ ਆ ਜਾਂਦਾ ਹੈ ਅਤੇ ਉਹ ਡਿੱਗ ਜਾਂਦਾ ਹੈ, ਅਤੇ ਫਿਰ ਉਹ 2 ਮਿੰਟ ਬਾਅਦ ਜਦ ਖੜ੍ਹਾ ਹੁੰਦਾ ਹੈ ਤਾਂ ਫਿਰ ਗੋਡਿਆਂ ਪਾਰ ਬੈਠਦਾ ਹੈ, ਤਾਂ ਉਸਦੇ ਉੱਥੇ ਹੀ ਪ੍ਰਾਣ ਨਿਕਲ ਜਾਂਦੇ ਹਨ, ਜਿਸ ਦੀਆਂ ਤਸਵੀਰਾਂ ਤੁਸੀਂ CCTV 'ਚ ਸਾਹਮਣੇ ਦੇਖ ਸਕਦੇ ਹੋ। ਹਰਜੀਤ ਸਿੰਘ ਨਗਰ ਬੇਲਾ ਨੇੜੇ ਆਨੰਦਪੁਰ ਸਾਹਿਬ, ਜੋ ਕਿ ਅੱਜ ਕੱਲ੍ਹ ਸਿਆਣੇ ਪਿੰਡ ਰਹਿੰਦੇ ਸਨ, ਤਕਰੀਬਨ ਪਿਛਲੇ 2 ਸਾਲਾਂ ਤੋਂ ਇੱਥੇ ਬੜੀ ਅਣਥਕ ਸੇਵਾ ਕਰ ਰਹੇ, ਬੜੇ ਨਾਮ ਵਿੱਚ ਰੰਗੇ ਹੋਏ। ਖੰਡੇ ਬੱਟ ਦਾ ਅਮਰ ਪਿਛਲੇ 3 ਮਹੀਨਿਆਂ ਤੋਂ ਖੰਡੇ ਬੱਟ ਦਾ ਅਮਰ ਛੱਕ ਕੇ ਤਿਆਰ ਬਰ ਤਿਆਰ ਨਾਮ ਸਿਮਰਨ 'ਚ ਜੁੜੇ ਸਨ। ਕੱਲ੍ਹ ਰਾਤ ਪਹਿਲਾਂ ਉਹਨਾਂ ਨੇ 2 ਤੋਂ 4 ਮੂਲ ਮੰਤਰ ਦਾ ਪਾਠ ਕੀਤਾ, ਡਿਊਟੀ ਲਾਈ, ਉਸ ਤੋਂ ਉਪਰੰਤ ਸੇਵਾ ਕੀਤੀ, ਇਸ਼ਨਾਨ ਕੀਤਾ, ਫਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰ ਰਹੇ ਸਨ। ਪਹਿਲਾ ਪ੍ਰਕਾਸ਼ ਬੇਸਮੈਂਟ ਵਿੱਚ ਕੀਤਾ, ਉੱਥੇ ਉਹਨਾਂ ਨੇ ਆਪ ਸਾਰੀ ਸੇਵਾ ਕੀਤੀ, ਚੌਰ ਸਾਹਿਬ ਕੀਤੀ, ਫਿਰ ਖੜ੍ਹੇ ਹੋ ਕੇ ਅਰਦਾਸ ਕੀਤੀ। ਉਸ ਤੋਂ ਉਪਰੰਤ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰ ਰਹੇ ਸਨ, ਇਹ ਚੌਰ ਸਾਹਿਬ ਦੀ ਸੇਵਾ ਕਰਦੇ ਸਨ, ਮਹਾਰਾਜ ਦੇ ਵਜ਼ੀਰ ਹੁਕਮਨਾਮਾ ਲੈ ਰਹੇ ਸਨ, ਉਸ ਵੇਲੇ ਦੇਖਿਆ ਅਚਾਨਕ ਹੀ ਚੌਰ ਸਾਹਿਬ ਕਰਦੇ ਕਰਦੇ ਇੱਕਦਮ ਇਹਨਾਂ ਨੂੰ ਅਟੈਕ ਹੋਇਆ, ਚੱਕਰ ਆਇਆ, ਇਹ ਥੱਲੇ ਬੈਠ ਕੇ ਸਟੇਜ ਤੋਂ ਡਿੱਗ ਪਏ, ਲੰਮੇ ਪੈ ਗਏ। ਫਿਰ ਇਹਨਾਂ ਨੂੰ ਥੋੜ੍ਹੀ ਸੋਝੀ ਆਈ, ਸੁਰਤ ਆਈ, ਇਹਨਾਂ ਦੇ ਹੱਥ ਵਿੱਚ ਚੌਰ ਸੇ ਮਹਾਰਾਜ ਦੇ ਸੁੱਖ ਆਸਣ ਦਾ ਕੱਪੜਾ ਸੀ। ਇਹ ਉੱਠੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤਾਬਿਆਂ ਬੈਠੇ ਮਹਾਰਾਜ ਦੇ ਵੀਰਾਂ ਨੂੰ ਚੌਰ ਸਾਹਿਬ ਫੜਾਇਆ, ਸੁੱਖ ਆਸਣਾ ਕੱਪੜਾ ਮਹਾਰਾਜ ਦੀ ਪਾਲਕੀ ਵਿੱਚ ਰੱਖਿਆ। ਉੱਥੇ ਹੀ ਥੜਾ ਸਾਹਿਬ ਜਿੱਥੇ ਮਹਾਰਾਜ ਪ੍ਰਕਾਸ਼ ਹੋਏ ਸਨ, ਗੋਡੇ ਭਾਰ ਹੱਥ ਰੱਖ ਕੇ ਬੈਠ ਗਏ, ਅਤੇ ਨਾਲ ਦੀ ਨਾਲ ਹੀ ਇਹਨਾਂ ਨੇ ਪ੍ਰਾਣ ਤਿਆਗ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹੀ ਲੀਨ ਹੋ ਗਏ। ਅਤੇ ਉਸ ਵੇਲੇ ਜੋ ਹੁਕਮਨਾਮਾ ਆਇਆ, ਹੁਕਮਨਾਮਾ ਬੜਾ ਪਿਆਰਾ, ਗੁਰੂ ਗ੍ਰੰਥ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ, ਸੋਠ ਮਹੱਲਾ ਪੰਜਵਾ, ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਿਉਂ ਹੀ ਹੁਕਮਨਾਮਾ ਸਾਹਿਬ ਦੀ ਸਮਾਪਤੀ ਹੋਈ, ਅਤੇ ਨਾਲ ਦੀ ਨਾਲ ਹੀ ਗੁਰਮੁਖ ਪਿਆਰੇ ਸੱਚਖੰਡ ਪਿਆਨਾ ਕਰ ਗਏ, ਇਹ ਭਾਣਾ ਕੱਲ ਵਾਪਰਿਆ। ਬੜੀ ਨਾਮ ਵਿੱਚ ਰੱਤੀ ਹੋਈ ਰੂਹ, ਪਰਮੇਸ਼ੁਰ ਦਾ ਨਾਮ ਜਪਣ ਵਾਲੀ, ਪਰਮੇਸ਼ੁਰ ਦੀ ਸੇਵਾ ਕਰਨ ਵਾਲੀ, ਪਰਮੇਸ਼ੁਰ ਦੇ ਵਿੱਚ ਹੀ ਅਭੇਦ ਹੋ ਗਏ। ਗੁਰਮੁਖ ਜਨਮ ਸਵਾਰ, ਦਰ ਗਏ ਚੱਲਿਆ, ਸੱਚੀ ਦਰ ਗਏ ਜਾਏ, ਸੱਚਾ ਪਿੜ ਮੱਲਿਆ। ਇਹ ਭਾਈ ਸੁਰਜੀਤ ਸਿੰਘ ਜੀ ਜੀਵਨ ਬਾਜੀ ਜਿੱਤ ਕੇ ਗੁਰੂ ਚਰਨਾਂ ਦੇ ਵਿੱਚ ਹੀ ਅਭੇਦ ਹੋ ਗਏ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।